ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਜਿੰਦਰ ਸਿੰਘ ਪੰਗੂ, ਲੋਕਰਾਣਾ ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਇਸ ਵੇਲੇ ਮੇਰੇ ਨਾਲ ਨੇ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਏ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਪੰਗੂ ਸਾਹਿਬ ਜੀ, ਡਾਕਟਰ ਸਾਹਿਬ ਦਿੱਲੀ ਦਾ ਮਾਹੌਲ ਗਰਮ ਹੈ ਇੰਨੀ ਠੰਡ ਦੇ ਵਿੱਚ ਵੀ। ਈਡੀ ਨੇ ਚੌਥਾ ਸੰਮਣ ਅਰਵਿੰਦ ਕੇਜਰੀਵਾਲ ਨੂੰ ਕੀਤਾ। ਲਗਾਤਾਰ ਪਾਰਟੀ ਵੱਲੋਂ ਬਿਆਨਬਾਜ਼ੀ ਹੋ ਰਹੀ ਹੈ ਕਿ ਸਾਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਅਸੀਂ 24 ਦੇ ਵਿੱਚ ਚੋਣ ਨਾ ਲੜ ਸਕੀਏ। ਅਸੀਂ ਇੱਕ ਇਹੋ ਜਿਹੀ ਸਿਆਸਤ ਕਰ ਰਹੇ ਹਾਂ ਜਿਹੜੀ ਸਿਆਸਤ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਕਰ ਰਹੀ ਹੈ। ਲਗਾਤਾਰ ਅਸੀਂ ਜਿਹੜੀ ਸਾਡੀ ਅਸਲੀ ਪਹਿਚਾਣ ਹੈ ਤੇ ਅਸਲੀ ਸਾਡੀ ਕਮਾਈ ਹੈ ਉਹ ਇਮਾਨਦਾਰੀ ਹੈ, ਅਰਵਿੰਦ ਕੇਜਰੀਵਾਲ ਇਹ ਗੱਲ ਕਹਿ ਰਹੇ ਨੇ। ਦੂਜੇ ਪਾਸੇ ਬੀਜੇਪੀ ਦੀ ਜਾਂ ਫਿਰ ਕਹਿ ਲਓ ਕਿ ਜਿਹੜੀ ਸਰਕਾਰ ਹੈ, ਈਡੀ ਹੈ, ਉਹ ਕਹਿ ਰਹੇ ਨੇ ਕਿ ਲਿਕਰ ਪਾਲਿਸੀ ਦੇ ਵਿੱਚ ਵੱਡੀ ਗੜਬੜ ਹੋਈ ਹੈ, ਚੰਦ ਘਰਾਣਿਆਂ ਨੂੰ ਜਿਹੜਾ ਹੈਗਾ ਫਾਇਦਾ ਪਹੁੰਚਾਉਣ ਦੀ ਉਹ ਕੋਸ਼ਿਸ਼ ਕੀਤੀ ਗਈ ਹੈ। ਸੋ ਡਾਕਟਰ ਸਾਹਿਬ, ਕੀ ਇਹਦੇ ਚ ਪੁਣਛਾਣ ਹੈ, ਕਿੱਥੇ ਗੱਲਬਾਤ ਖੜੀ ਹੈ, ਆਖਿਰ ਕੇਜਰੀਵਾਲ ਸਾਹਿਬ ਪੇਸ਼ ਕਿਉਂ ਨਹੀਂ ਹੋ ਰਹੇ ਈਡੀ ਅੱਗੇ ਜੀ? ਦੇਖੋ, ਜਿੱਥੋਂ ਤੱਕ ਈਡੀ ਦਾ ਸੰਬੰਧ ਹੈ ਜਾਂ ਇਦਾਂ ਦੀਆਂ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਨੇ, ਉਹਦੇ ਬਾਰੇ ਆਪਾਂ ਲਗਾਤਾਰ ਸੁਣਦੇ ਆ ਰਹੇ ਹਾਂ, ਕਹਿੰਦੇ ਆ ਰਹੇ ਹਾਂ ਕਿ ਸੈਂਟਰ ਸਰਕਾਰ ਜਿਹੜੀ ਹੁੰਦੀ ਹੈ ਹਮੇਸ਼ਾ ਆਪਣੇ ਇੱਕ ਤੋਤੇ ਵਾਂਗ ਇਹ ਕੰਮ ਕਰਦੀਆਂ ਨੇ ਉਹਦੇ ਲਈ ਏਜੰਸੀਆਂ। ਸੋ ਇਹੀ ਗੱਲ ਇੱਥੇ ਨਜ਼ਰ ਆ ਰਹੀ ਹੈ। ਪਿਛਲੇ ਲੰਬੇ ਸਮੇਂ ਤੋਂ ਤੁਸੀਂ ਦੇਖਿਆ ਹੋਏਗਾ ਕਿ ਦਿੱਲੀ ਗਵਰਨਮੈਂਟ ਦੇ ਵੱਡੇ ਜਿਹੜੇ ਚਿਹਰੇ ਸੀਗੇ ਜਾਂ ਖਾਸ ਤੌਰ ਤੇ ਜਿੰਨੇ ਵੀ ਤੁਸੀਂ ਸਿਸੋਦੀਆ ਜੀ ਦੀ ਗੱਲ ਕਰ ਲਓ, ਤੁਸੀਂ ਸੰਜੇ ਸਿੰਘ ਦੀ ਗੱਲ ਕਰ ਲਓ ਜਾਂ ਹੋਰ ਜਿਹੜੇ ਨੇ ਮੈਡੀਕਲ ਦੇ ਮਿਨਿਸਟਰ ਜੈਨ ਸਾਹਿਬ ਦੀ ਗੱਲ ਕਰ ਲਓ, ਇਸ ਤਰ੍ਹਾਂ ਹੋਰ ਬਹੁਤ ਸਾਰੇ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਈਡੀ ਨੇ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ 'ਚ ਜਿਹੜੇ ਨੇ ਅੱਜ ਬੈਠੇ ਨੇ। ਸੋ ਇੱਥੋਂ ਇਹੀ ਨਜ਼ਰ ਆ ਰਿਹਾ ਹੈ ਕਿ ਬੀਜੇਪੀ ਔਰ ਮੋਦੀ ਸਰਕਾਰ ਦੀ ਇੱਛਾ ਹੈ ਜਾਂ ਉਹ ਚਾਹੁੰਦੀ ਹੈ ਕਿ ਜਿੰਨੀਆਂ ਵਿਰੋਧੀ ਪਾਰਟੀਆਂ ਦੇ ਵਿੱਚ ਬੋਲਣ ਵਾਲੇ ਲੋਕ ਨੇ ਉਹਨਾਂ ਦੇ ਖਿਲਾਫ ਚੱਲਦੇ ਨੇ, ਉਹਨਾਂ ਦੇ ਉੱਤੇ ਈਡੀ ਦੇ ਛਾਪੇ ਮਰਵਾ ਕੇ ਉਹਨਾਂ ਨੂੰ ਕੇਸਾਂ 'ਚ ਉਲਝਾ ਕੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਧਾਰਾਵਾਂ ਲਗਾਓ ਤਾਂ ਕਿ ਉਹ ਜ਼ਮਾਨਤ ਤੱਕ ਨਾ ਕਰਵਾ ਪਾਉਣ। ਸੋ ਇੱਦਾਂ ਪਿਛਲੇ ਲੰਬੇ ਸਮੇਂ ਤੋਂ 10 ਸਾਲਾਂ ਤੋਂ ਲਗਾਤਾਰ ਕਰਦੀ ਆ ਰਹੀ ਹੈ ਜਿਹੜੀ ਮੋਦੀ ਸਰਕਾਰ ਹੈ ਬਾਕੀ ਵਿਰੋਧੀ ਪਾਰਟੀਆਂ ਦੇ ਉੱਤੇ। ਸੋ ਇਹੀ ਸਿਲਸਿਲਾ ਉਹਨਾਂ ਨੇ ਹੁਣ ਜਿਹੜਾ ਲੇਟੈਸਟ ਤੁਸੀਂ ਗੱਲ ਕਰ ਰਹੇ ਹੋ ਕੇਜਰੀਵਾਲ ਦੇ, ਆਪਾਂ ਜਦੋਂ ਦੇਖ ਰਹੇ ਹਾਂ ਕਿ ਉਹਨਾਂ ਨੂੰ ਕਿਉਂਕਿ ਹੁਣ ਚੋਣਾਂ ਨੇੜੇ ਆ ਰਹੀਆਂ ਨੇ, ਬਹੁਤ ਛੇਤੀ ਆ ਰਹੀਆਂ ਨੇ, ਇਸ ਕਰਕੇ ਹੌਲੀ ਹੌਲੀ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਕੇਜਰੀਵਾਲ ਨੂੰ ਤਿਹਾੜ ਜੇਲ੍ਹ ਵਿੱਚ ਸੁੱਟ ਕੇ ਇਹਨਾਂ ਦੀ ਪਾਰਟੀ ਨੂੰ ਖਤਮ ਕੀਤਾ ਜਾਏ। ਸੋ ਕਿਉਂਕਿ ਕੇਜਰੀਵਾਲ ਲਗਾਤਾਰ, ਚਾਹੇ ਗੁਜਰਾਤ ਦੀ ਗੱਲ ਦੇਖ ਲਓ ਜਾਂ ਹੋਰ ਬਾਕੀ ਸੂਬਿਆਂ ਦੀ ਦੇਖ ਲਓ, ਉੱਥੇ ਲਗਾਤਾਰ ਜਾਂਦੇ ਆ ਔਰ ਆਮ ਆਦਮੀ ਪਾਰਟੀ ਉੱਥੇ ਜਿਹੜੀ ਹੈਗੀ ਆਪਣੇ ਪੈਰ ਪਸਾਰਦੀ ਨਜ਼ਰ ਆ ਰਹੀ ਹੈ। ਸੋ ਕਿਤੇ ਨਾ ਕਿਤੇ ਡਰ ਜਿਹੜਾ ਹੈਗਾ ਵਿਰੋਧੀ ਧਿਰਾਂ ਦਾ, ਵਿਰੋਧੀ ਪਾਰਟੀਆਂ ਦਾ, ਬੀਜੇਪੀ ਨੂੰ ਲੱਗ ਰਿਹਾ ਹੈ, ਮੋਦੀ ਸਰਕਾਰ ਨੂੰ ਲੱਗ ਰਿਹਾ ਹੈ। ਸੋ ਇਹੀ ਵਜ੍ਹਾ ਹੈ ਕਿ ਉਹਨਾਂ ਨੇ ਹੁਣ ਚੌਥਾ ਸੰਮਣ ਭਜਵਾਇਆ ਹੈ। ਪਰ ਜਿੱਥੋਂ ਤੱਕ ਸੰਮਣ ਦੀ ਗੱਲ ਹੈ, ਇਹਦੇ ਵਿੱਚ ਇਹ ਹੁੰਦਾ ਕਿ ਈਡੀ ਕੋਈ ਸਿੱਧੇ ਤੌਰ ਤੇ ਗ੍ਰਿਫਤਾਰ ਨਹੀਂ ਕਰ ਸਕਦੀ ਔਰ ਇਹ ਇੱਕ ਸੰਮਣ ਜਿਹੜੇ ਹੁੰਦੇ ਆ ਉਹ ਕਾਗਜ਼ੀ ਕਾਰਵਾਈ ਹੁੰਦੀ ਹੈ। ਇਹਦੇ ਵਿੱਚ ਕੋਈ ਬਹੁਤਾ ਇੱਦਾਂ ਦੀ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਆਲਰੇਡੀ ਕੇਸ ਜਿਹੜਾ ਹੈਗਾ ਚੱਲ ਰਿਹਾ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਅਕਸਰ ਸਿਆਸਤ ਵਿੱਚ ਚੱਲਦੀਆਂ ਰਹਿੰਦੀਆਂ ਨੇ, ਇੱਕ ਦੂਜੇ ਉੱਤੇ ਦੋਸ਼ ਪ੍ਰਤੀ ਦੋਸ਼ ਜਿਹੜੇ ਨੇ
ਉਹ ਚੱਲਦੇ ਆ ਰਹੇ ਨੇ। ਸੋ ਇਸ ਇੱਥੋਂ ਆਪਾਂ ਨੂੰ ਇਹੀ ਲੱਗਦਾ ਹੈ ਕਿ ਸਿਰਫ ਇਹ ਇੱਕ ਚੋਣਾਂ ਦੇ ਮੱਦੇਨਜ਼ਰ ਜਿਹੜੀਆਂ 24 ਦੀਆਂ ਚੋਣਾਂ ਆ ਰਹੀਆਂ ਨੇ ਉਹਦੇ ਨੂੰ ਮੁੱਖ ਰੱਖ ਕੇ ਇਹ ਜਿਹੜੀ ਕਾਰਵਾਈ ਹੈ ਕੀਤੀ ਜਾ ਰਹੀ ਹੈ, ਇਸ ਤੋਂ ਉੱਪਰ ਕੁਛ ਵੀ ਨਹੀਂ ਹੈ। ਜੀ ਭਗਵੰਤ ਬਿਲਕੁਲ ਸਾਹਿਬ ਤੇ ਰੁੱਖ ਸਾਹਿਬ, ਜੇ ਪਾਸੇ ਜਦੋਂ ਕਾਰਵਾਈ ਦੀ ਗੱਲ ਚੱਲਦੀ ਹੈ, ਜੀ ਇਹ ਅਰਵਿੰਦ ਕੇਜਰੀਵਾਲ ਪੇਸ਼ ਕਿਉਂ ਨਹੀਂ ਹੋ ਰਹੇ ਹੈਗੇ? ਵਿਰੋਧੀ ਧਿਰਾਂ ਕਹਿੰਦੀਆਂ ਨੇ ਕਿ ਜੇਕਰ ਅਰਵਿੰਦ ਕੇਜਰੀਵਾਲ ਨੂੰ ਕੋਈ ਡਰ ਨਹੀਂ ਹੈਗਾ ਤਾਂ ਜਾਂਚ ਦੇ ਵਿੱਚ ਉਹਨਾਂ ਨੂੰ ਸਹਿਯੋਗ ਕਰਨਾ ਚਾਹੀਦਾ। ਦੇਖੋ ਜੇਕਰ ਇੱਦਾਂ ਦੀ ਕੋਈ ਗੱਲ, ਕਿਉਂਕਿ ਵਿਰੋਧੀ ਧਿਰਾਂ ਤਾਂ ਚਾਹੁੰਦੀਆਂ ਨੇ ਇੱਦਾਂ ਦੀਆਂ, ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਉਹ ਉਹਨਾਂ ਨੂੰ ਕਾਗਜ਼ੀ ਕਾਰਵਾਈ 'ਚ ਉਲਝਾ ਲਓ ਔਰ ਇਲੈਕਸ਼ਨ ਤੋਂ ਉਹਨਾਂ ਨੂੰ ਦੂਰ ਰੱਖਿਆ ਜਾਵੇ, ਕਿਉਂਕਿ ਇਹੀ ਹੈ ਨਾ, ਹੁਣ ਪ੍ਰਚਾਰ ਦੇ ਦਿਨ ਸ਼ੁਰੂ ਹੋ ਜਾਣੇ ਹੈ ਔਰ ਪ੍ਰਚਾਰ ਦੇ ਵਿੱਚ ਮੇਨ ਜੋ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹ ਕੇਜਰੀਵਾਲ ਜੀ ਨੇ। ਸੋ ਇਸ ਕਰਕੇ ਕੇਜਰੀਵਾਲ ਹੋਰਾਂ ਨੂੰ ਕਾਗਜ਼ੀ ਕਾਰਵਾਈ 'ਚ ਉਲਝਾਉਣ ਦੇ ਲਈ ਇਹ ਸਾਰਾ ਡਰਾਮਾ ਜਿਹੜਾ ਹੈਗਾ ਕੀਤਾ ਜਾ ਰਿਹਾ। ਸੋ ਇਹਦੇ ਵਿੱਚ ਕੋਈ ਮੇਰੇ ਹਿਸਾਬ ਨਾਲ ਕੋਈ ਕਾਨੂੰਨੀ ਕਾਰਵਾਈ ਦੇ ਤੌਰ ਤੇ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆ ਰਹੀ ਜਿਹਦੇ ਕਰਕੇ ਕੇਜਰੀਵਾਲ ਨੂੰ ਕੋਈ ਡਰਨ ਦੀ ਲੋੜ ਹੈ ਜਾਂ ਉਹਨਾਂ ਨੂੰ ਜਿਹੜਾ ਹੈਗਾ ਜੇ ਜੇਲ੍ਹ 'ਚ ਸੁੱਟਣ ਦੀਆਂ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ ਇੱਕ ਕਿਸਮ ਦੀਆਂ। ਔਰ ਇਹਦੇ ਵਿੱਚ ਇਹੀ ਗੱਲ ਸਾਹਮਣੇ ਆਏਗੀ, ਜਿੰਨਾ ਦਬਾਏਗੀ ਇਹਦੇ ਵਿੱਚ, ਜਿਹੜਾ ਸਮਝਣ ਵਾਲੀ ਗੱਲ ਹੈ ਕਿ ਸ਼ਾਇਦ ਬੀਜੇਪੀ ਨੂੰ ਇਹ ਲੱਗਦਾ ਹੈ ਕਿ ਇੱਦਾਂ ਹੀ ਇਹਨਾਂ ਲੀਡਰਾਂ ਨੂੰ ਅਸੀਂ ਜੇਲ੍ਹਾਂ 'ਚ ਸੁੱਟ ਕੇ ਸ਼ਾਇਦ ਜਿੱਤਣ ਦੀਆਂ ਸੰਭਾਵਨਾਵਾਂ ਦਿੱਲੀ ਦੇ ਵਿੱਚ ਜਾਂ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਾਂ ਉਹਨਾਂ ਦੀ ਜਿਹੜੀ ਹਜੇ ਪਾਰਟੀ ਦੀ ਹੋਂਦ ਨਜ਼ਰ ਆ ਰਹੀ ਹੈ ਉਹਨੂੰ ਕੋਈ ਖਤਰਾ ਖੜਾ ਹੋ ਜਾਏਗਾ। ਸਗੋਂ ਮੈਨੂੰ ਇਹ ਲੱਗ ਰਿਹਾ ਹੈ ਕਿ ਇਹਦੇ ਵਿੱਚ ਜ਼ਿਆਦਾ ਇੱਕ ਹਵਾ ਬਣੇਗੀ, ਜਿੰਨਾ ਜਿੰਨਾ ਜੇਲ੍ਹਾਂ 'ਚ ਸੁੱਟੇਗੀ ਬੀਜੇਪੀ ਵੱਖ ਵੱਖ ਲੀਡਰਾਂ ਨੂੰ, ਵੱਖ ਵੱਖ ਵਿਰੋਧੀ ਧਿਰਾਂ ਦੀਆਂ ਜਿਹੜੀਆਂ ਜਿੰਨੀਆਂ ਵੀ ਪਾਰਟੀ ਦੇ ਲੀਡਰ ਨੇ, ਤਾਂ ਉਹਨਾਂ ਹੀ ਬੀਜੇਪੀ ਦੇ ਵਿਰੋਧ ਔਰ ਦੂਜੀਆਂ ਪਾਰਟੀਆਂ ਦੇ ਪੱਖ 'ਚ ਹਵਾ ਬਣਦੀ ਨਜ਼ਰ ਆਏਗੀ ਤੁਹਾਨੂੰ। ਸੋ ਇਹੀ ਹੈ ਕਿ ਜਬਹਿ ਬਾਣ ਲਾਗਿਓ ਤਬਹਿ ਰੋਸ ਜਾਗਿਓ, ਔਰ ਜਿੰਨਾ ਜਿੰਨਾ ਪ੍ਰੈਸ਼ਰ ਵਧੇਗਾ ਈਡੀ ਦਾ ਜਾਂ ਬਾਕੀ ਏਜੰਸੀਆਂ ਦਾ, ਉਹਨਾਂ ਹੀ ਇਹਨਾਂ ਪਾਰਟੀਆਂ ਦਾ ਜਿਹੜਾ ਹੈਗਾ ਲੋਕਾਂ ਦੇ ਵਿੱਚ ਵਿਸ਼ਵਾਸ ਜ਼ਿਆਦਾ ਬਣੇਗਾ, ਕਿਉਂਕਿ ਹੁਣ ਜੋ ਇਸ ਵੇਲੇ ਹਾਲਾਤ ਨੇ ਉਹ ਕਾਫੀ ਐਕਸਪੋਜ਼ ਹੋ ਚੁੱਕੇ ਨੇ ਔਰ ਖਾਸ ਤੌਰ 'ਤੇ ਜਿਹੜੀ ਬੀਜੇਪੀ ਦੀ ਕਾਰਜ ਸ਼ੈਲੀ ਹੈ, ਤੁਸੀਂ ਦੇਖੋ ਨਾ ਕਿ ਬੀਜੇਪੀ ਦੇ ਵਿੱਚ ਜਿਹੜੇ ਵੀ ਲੀਡਰ ਸ਼ਾਮਿਲ ਹੋ ਜਾਂਦੇ ਨੇ ਉਹ ਬਿਲਕੁਲ ਦੁੱਧ ਧੋਤੇ ਬਣ ਜਾਂਦੇ ਨੇ ਔਰ ਬੀਜੇਪੀ ਦੇ ਜਿਹੜੇ ਵਿਰੋਧੀ ਹੁੰਦੇ ਆ ਉਹਨਾਂ ਦੇ ਉੱਤੇ ਇੱਦਾਂ ਦੀਆਂ ਜਿਹੜੇ ਨੇ ਈਡੀ ਦੇ ਜਾਂ ਹੋਰ ਏਜੰਸੀਆਂ ਦੇ ਜਿਹੜੇ ਲਗਾਤਾਰ ਛਾਪੇ ਪੈਂਦੇ ਆ। ਸੋ ਇੱਥੋਂ ਹੀ ਸਪਸ਼ਟ ਹੈ ਕਿ ਇਹ ਸਿਰਫ ਰਾਜਨੀਤੀ ਹੈ, ਰਾਜਨੀਤੀ ਤੋਂ ਵੱਧ ਕੁਛ ਵੀ ਨਹੀਂ ਹੈ, ਇਹਦੇ ਵਿੱਚ ਅਸਲੀਅਤ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ। ਪੰਗੂ ਸਾਹਿਬ, ਹਰਿਆਣੇ ਦੇ ਇੱਕ ਆਮ ਆਦਮੀ ਪਾਰਟੀ ਦੇ ਲੀਡਰ ਨੇ ਡਾਕਟਰ ਸਾਹਿਬ, ਕਹਿੰਦੇ ਸੀ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਜਾਣਗੇ ਤੇ ਨਿਕਲਣਗੇ ਪ੍ਰਧਾਨ ਮੰਤਰੀ ਬਣ ਕੇ। ਜੀ ਮੈਂ ਉਹੀ ਕਹਿਣਾ ਚਾਹੁੰਦਾ ਕਿ ਜਿੰਨਾ ਇਹ ਦਬਾਉਣਗੇ ਬਾਕੀ ਲੀਡਰਾਂ ਨੂੰ, ਕਿਸੇ ਨੂੰ ਵੀ ਅੱਜ ਤੱਕ ਤੁਸੀਂ ਦੇਖੋ ਵੀ ਜਿੰਨੇ ਵੀ ਲੀਡਰਾਂ ਨੂੰ ਜਾਣ ਬੁੱਝ ਕੇ ਦਬਾਇਆ ਗਿਆ ਹੈ, ਤੁਸੀਂ ਇਤਿਹਾਸ 75 ਸਾਲਾਂ ਦੀ ਹਿਸਟਰੀ ਦੇਖ ਲਓ, ਜਿਹੜੇ ਆਪਾਂ ਲੋਕਤੰਤਰ ਦੀ ਜਿਹੜੇ ਭਾਰਤੀ ਲੋਕਤੰਤਰ ਹੈ ਉਹਦੇ ਵਿੱਚ ਜੇਪੀ ਮੂਵਮੈਂਟ ਤੋਂ ਲੈ ਕੇ ਲਗਾਤਾਰ ਕਿੰਨੇ ਅੰਦੋਲਨ ਚੱਲੇ, ਐਮਰਜੈਂਸੀ ਚੱਲੀ, ਔਰ ਇਹਨਾਂ ਦੌਰਾਂ ਦੇ ਵਿੱਚ ਜਿੰਨੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਜੇਲ੍ਹਾਂ 'ਚ ਸੁੱਟਿਆ ਗਿਆ, ਧੱਕੇਸ਼ਾਹੀ ਹੋਈ, ਉਨੇ ਹੀ ਉਹ ਦੁਬਾਰਾ ਫਿਰ ਉੱਭਰ ਕੇ ਸਾਹਮਣੇ ਆਏ ਨੇ। ਇਹੀ ਗੱਲ ਇੱਥੇ ਵੀ ਨਜ਼ਰ ਆ ਰਹੀ ਹੈ, ਜਿੰਨਾ ਹੁਣ ਇਸ ਵੇਲੇ ਪ੍ਰੈਸ਼ਰ ਬਣਾਏਗੀ ਬੀਜੇਪੀ ਉਨੇ ਹੀ ਵਿਰੋਧੀ ਧਿਰਾਂ ਜਿਹੜੀਆਂ ਨੇ
ਉਹ ਕਾਮਯਾਬ ਹੋਣਗੀਆਂ, ਉਹਨਾਂ ਦੇ ਲੋਕਾਂ ਦੇ ਵਿੱਚ ਉਹ ਆਪਣਾ ਪਸਾਰਾ ਜਿਹੜਾ ਹੈਗਾ ਉਹ ਕਰ ਪਾਉਣਗੀਆਂ। ਸੋ ਇਤਿਹਾਸ ਤਾਂ ਇਹੀ ਗੱਲ ਕਹਿੰਦਾ ਹੈ ਕਿ ਜਦੋਂ ਜਦੋਂ ਲੋਕਾਂ ਨੂੰ ਲੱਗਿਆ ਹੈ ਕਿ ਵਿਰੋਧੀ ਧਿਰਾਂ ਨੂੰ ਦਬਾਇਆ ਜਾ ਰਿਹਾ ਹੈ, ਉਦੋਂ ਉਦੋਂ ਹੀ ਲੋਕ ਜਿਹੜੇ ਨੇ ਵਿਰੋਧੀ ਧਿਰਾਂ ਦੇ ਨੇਤਾਵਾਂ ਨਾਲ ਖੜਦੇ ਨਜ਼ਰ ਆਏ ਨੇ ਭੰਗੂ ਸਾਹਿਬ। ਜੀ ਬਿਲਕੁਲ, ਇਸ ਦਾ ਅੰਤ ਕੀ ਹੋਊਗਾ? ਜਿਵੇਂ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਸਾਡੇ ਨਾਲ ਧੱਕਾ ਹੋ ਰਿਹਾ, ਤੇ ਈਡੀ ਕਹਿੰਦੀ ਹੈ ਕਿ ਜਾਂਚ ਦੇ ਵਿੱਚ ਭਾਗੀਦਾਰ ਹੋਣਾ ਚਾਹੀਦਾ, ਕਰਪਸ਼ਨ ਵੱਡੇ ਲੈਵਲ ਤੇ ਹੋਈ ਆ, ਅੰਤ ਕੀ ਹੋਊਗਾ ਇਸ ਚੀਜ਼ ਦਾ? ਕੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਊਗੀ? ਇਹਦਾ ਫਾਇਦਾ ਆਮ ਆਦਮੀ ਪਾਰਟੀ ਨੂੰ ਮਿਲੇਗਾ ਹੀ ਮਿਲੇਗਾ। ਜਿੰਨੇ ਵੀ ਪਿਛਲੇ ਦਿਨਾਂ ਦੇ ਵਿੱਚ ਵਿਰੋਧੀ ਧਿਰਾਂ ਦੇ ਨੇਤਾ ਜੇਲ੍ਹਾਂ 'ਚ ਸੁੱਟੇ ਗਏ ਨੇ, ਉਹਦਾ ਫਾਇਦਾ ਮੈਨੂੰ ਲੱਗਦਾ ਕਿ ਵਿਰੋਧੀ ਧਿਰਾਂ ਨੂੰ, ਖਾਸ ਤੌਰ ਤੇ ਆਮ ਆਦਮੀ ਪਾਰਟੀ ਨੂੰ ਹੋਣਾ ਹੀ ਹੋਣਾ ਹੈ। ਇਲੈਕਸ਼ਨਾਂ ਇਸ ਗੱਲ ਦਾ ਗਵਾਹ ਬਣਨਗੀਆਂ, ਅਗਲੀਆਂ ਜਿਹੜੀਆਂ 24 ਦੀਆਂ ਲੋਕ ਸਭਾ ਦੀਆਂ ਇਲੈਕਸ਼ਨਾਂ ਹੋਣੀਆਂ ਨੇ, ਕਿ ਬੀਜੇਪੀ ਇਹ ਤੁਸੀਂ ਦੇਖ ਲੈਣਾ ਕਿ ਉਹਨੂੰ ਆਪਣਾ ਜਿਹੜਾ ਹੈਗਾ ਗਲਤੀ ਦਾ ਅਹਿਸਾਸ ਹੋ ਸਕਦਾ ਹੈ, ਔਰ ਜਿਹੜੀ ਉਹ ਇਸ ਕਿਸਮ ਦੀ ਜਿਹੜੀ ਖਾਸ ਤੌਰ 'ਤੇ ਜਿਹੜੀ ਏਜੰਸੀਆਂ ਦੇ ਰਾਹੀਂ ਆਪਣੀ ਰਾਜਨੀਤੀ ਕਰਦੀ ਨਜ਼ਰ ਆ ਰਹੀ ਹੈ, ਉਹਨੂੰ ਇਹਦਾ ਖਮਿਆਜ਼ਾ ਹੋ ਸਕਦਾ ਹੈ ਕਿ ਇਲੈਕਸ਼ਨਾਂ ਦੇ ਵਿੱਚ ਭੁਗਤਣਾ ਪਵੇ। ਭੰਗੂ ਸਾਹਿਬ ਜੀ, ਕੀ ਕੇਜਰੀਵਾਲ ਗ੍ਰਿਫਤਾਰ ਵੀ ਹੋ ਸਕਦੇ ਨੇ? ਬਿਲਕੁਲ ਬਿਲਕੁਲ, ਦੇਖੋ ਜਿਵੇਂ ਤਿਆਰੀ ਕੀਤੀ ਜਾ ਰਹੀ ਹੈ, ਉੱਥੋਂ ਤਾਂ ਇਹੀ ਲੱਗ ਰਿਹਾ ਹੈ ਕਿ ਗ੍ਰਿਫਤਾਰੀ ਦੀਆਂ ਤਿਆਰੀਆਂ ਨੇ, ਔਰ ਜੇਕਰ ਗ੍ਰਿਫਤਾਰ ਹੁੰਦੇ ਨੇ, ਮੈਂ ਫੇਰ ਕਹਾਂਗਾ ਕਿ ਜੇਕਰ ਇਹ ਹਕੀਕਤ ਦੇ ਵਿੱਚ ਚੀਜ਼ਾਂ ਵਾਪਰਦੀਆਂ ਨੇ, ਤਾਂ ਇਹਦੇ ਨਾਲ ਤੁਸੀਂ ਦੇਖੋਗੇ ਕਿ ਗ੍ਰਿਫਤਾਰ ਕਰਕੇ ਉਹਨਾਂ ਨੂੰ ਹੋ ਸਕਦਾ ਹੈ ਕਿ ਚੋਣਾਂ ਤੋਂ ਪਰੇ ਰੱਖਿਆ ਜਾਵੇ, ਔਰ ਜਿਹੜੀਆਂ ਜਿਉਂ ਜਿਉਂ ਚੋਣਾਂ ਨੇੜੇ ਆ ਰਹੀਆਂ ਨੇ, ਤਿਉਂ ਤਿਉਂ ਇਹੀ ਕੋਸ਼ਿਸ਼ ਹੈ ਬੀਜੇਪੀ ਦੀ ਕਿ ਕੇਜਰੀਵਾਲ ਨੂੰ ਅੰਦਰ ਜੇਲ੍ਹ ਦੇ ਵਿੱਚ ਤਿਹਾੜ ਦੇ ਵਿੱਚ ਸੁੱਟ ਕੇ ਚੋਣਾਂ ਤੋਂ ਲਾਂਭੇ ਕਰ ਦਿਓ, ਔਰ ਤਾਂ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਉਹ ਲੋਕ ਸਭਾ ਦੇ ਵਿੱਚ ਕੋਈ ਚੰਗੀ ਕਾਰਗੁਜ਼ਾਰੀ ਨਾ ਕਰ ਸਕੇ। ਪਰ ਹੋਏਗਾ, ਜੇਕਰ ਇਹ ਵਾਪਰਦਾ ਹੈ ਤਾਂ ਬਿਲਕੁਲ ਉਲਟ ਹੀ ਹੋਏਗਾ। ਤੁਸੀਂ ਦੇਖ ਲੈਣਾ ਕਿ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਪ੍ਰਤੀਸ਼ਤ ਹੈ ਵੋਟਾਂ ਦਾ, ਉਹ ਹੋਰ ਵੀ ਵੱਧ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ। ਭੰਗੂ ਸਾਹਿਬ ਜੀ ਬਿਲਕੁਲ, ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ, ਧੰਨਵਾਦ ਤੁਹਾਡਾ। ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ, ਧੰਨਵਾਦ ਡਾਕਟਰ ਸਾਹਿਬ।